ते बुलेटिन की शुरुआत करते हैं उस बयान दे नाल जिसते मंत्री नू कहा जा रहा है कि मंत्री जी जुबान संभाल के, ये पहली बार नहीं होया। पहला इंदरबीर सिंह निज्जर ने एक विवादित बयान दिता सी, पंजाबियों के करैक्टर बारे उन्होंने गलत बयान दिता सी, शाम हुंदे हुंदे उन्होंने माफ़ी तक मंगनी पई सी। ते अज कुलदीप धालीवाल कैबिनेट मंत्री उन्होंने वल्लों भी एक अजिहा बयान दिता गया जिसते हुण उन्हां तों आस की जा रही है कि वह भी माफ़ी मंगणगे, अपनी गलती का एहसास करनगे। ते उन्हां नू भी कहा जा रहा है कि तुसीं कोई बयान दिंदे हो तो सोच समझ के दया करो। विवादित बयान उन्होंने पंजाबियों बारे दिता, उन्होंने कहा कि पिछले कुछ समय च सिख ते पंजाबी कौम का खून चिट्टा हो गया, तो समुची कौम नूं ते सिखां नूं ये कहिंदे नज़र आए कि उन्हां दा खून चिट्टा हो गया, असी अपने सगे भरावां दी जायदाद ते भी अख रखी बैठे हाँ। ये कहना है मंत्री कुलदीप धालीवाल का। NRI दीआं जमीनां ते हो रहे कब्जियां दे बारे जदों बोल रहे सन ਤਾਂ ਸਮੁੱਚੀ ਕੌਮ ਨੂੰ ਇਸ ਬਿਆਨ ਦੇ ਘੇਰੇ 'ਚ ਲੈਂਦੇ ਹੋਏ ਨਜ਼ਰ ਆਏ। ਅੰਮ੍ਰਿਤਸਰ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ NRI ਮਿਲਣੀ ਹੋ ਰਹੀ ਸੀ, NRIs ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਅਜਿਹਾ ਬਿਆਨ ਦੇ ਗਏ ਕਿ ਸਮੁੱਚੀ ਕੌਮ ਨੂੰ ਹੀ ਗਲਤ ਸ਼ਬਦ ਵਰਤਦੇ ਹੋਏ ਨਜ਼ਰ ਆਏ। ਇਸ ਤੋਂ ਪਹਿਲਾਂ ਮੰਤਰੀ ਇੰਦਰਬੀਰ ਨਿੱਜਰ ਨੇ ਵੀ ਪੰਜਾਬੀਆਂ ਨੂੰ ਮੂਰਖ ਦੱਸਿਆ ਸੀ, ਫਿਰ ਨਿੱਜਰ ਨੇ ਸ਼ਾਮ ਹੁੰਦੇ ਹੁੰਦੇ ਬਿਆਨ 'ਤੇ ਪੰਜਾਬੀਆਂ ਤੋਂ ਮਾਫ਼ੀ ਵੀ ਮੰਗੀ ਸੀ, ਵੀਡੀਓ ਜਾਰੀ ਕੀਤਾ ਸੀ। ਅਤੇ ਕੁਲਦੀਪ ਧਾਲੀਵਾਲ ਦਾ ਅੱਜ ਤੱਕ ਅਜਿਹਾ ਕੋਈ ਪ੍ਰਤੀਕਰਮ ਨਹੀਂ ਆਇਆ ਜਿਸ ਉਹਨਾਂ ਨੂੰ ਅਫਸੋਸ ਹੋਇਆ ਹੋਵੇ ਆਪਣੇ ਇਸ ਬਿਆਨ ਦੇ ਉੱਤੇ। ਇਸ ਸਦੀ ਦੇ ਵਿੱਚ ਜੇ ਸਭ ਤੋਂ ਵੱਧ ਸਿੱਖ ਧਰਮ ਦਾ ਪੰਜਾਬੀ ਕੌਮ ਦਾ ਮੈਂ ਕਦੇ ਇਹ ਕੀਤਾ ਕਿ ਸਾਡਾ ਖੂਨ ਜਿਹੜਾ ਚਿੱਟਾ ਹੋਇਆ ਅਸੀਂ ਪੈਸੇ ਦੀ ਦੌੜ ਪਿੱਛੇ ਅਸੀਂ ਆਪਣੇ ਸਗੇ ਭਰਾ ਜਿਹੜੇ ਬਾਹਰ ਰਹਿੰਦੇ ਉਹਨਾਂ ਦੀਆਂ ਜਾਇਦਾਦਾਂ ਦੇ ਉੱਤੇ ਅੱਖ ਲਾ ਕੇ ਬੈਠੇ, ਚਾਚੇ ਤਾਏ ਦੇ ਪੁੱਤਾਂ ਦੀਆਂ ਜਾਇਦਾਦਾਂ ਦੇ ਉੱਤੇ ਅੱਖਾਂ ਰੱਖੀਆਂ ਵੀ ਕਿੱਦਾਂ ਬਦਲੀਆਂ। ਲਓ ਜੀ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਜੀ ਦੀ ਕੈਲਕੂਲੇਸ਼ਨ ਸੁਣ ਲਓ। ਕਹਿੰਦੇ ਨੇ ਕਿ ਮੈਂ ਕੈਲਕੂਲੇਟ ਕੀਤਾ ਕਿ ਪਿਛਲੇ ਸਮੇਂ ਵਿੱਚ ਜਿੰਨਾ ਸਿੱਖ ਕੌਮ ਅਤੇ ਪੰਜਾਬੀਆਂ ਦਾ ਖੂਨ ਚਿੱਟਾ ਹੋਇਆ ਹੈ ਉਹਨਾਂ ਕਿਸੇ ਦਾ ਨਹੀਂ ਹੋਇਆ। ਹਾਲਾਂਕਿ NRI ਮਿਲਣੀ ਵਿੱਚ ਪਹੁੰਚੇ ਕੁਲਦੀਪ ਧਾਲੀਵਾਲ ਸੰਦੇਸ਼ ਤਾਂ ਸੋਚ ਵਿੱਚ ਆ ਰਹੀ ਨਿਗਾਰ ਨੂੰ ਸੁਧਾਰਨ ਦਾ ਦੇਣਾ ਚਾਹੁੰਦੇ ਸਨ, ਪਰ ਕੁਝ ਕਾਲੀਆਂ ਭੇਡਾਂ 'ਤੇ ਕਮੈਂਟ ਕਰਦੇ ਹੋਏ ਪੂਰੀ ਸਿੱਖ ਕੌਮ ਅਤੇ ਪੰਜਾਬੀਆਂ 'ਤੇ ਅਜਿਹੀ ਟਿੱਪਣੀ ਕਰ ਗਏ ਜਿਸ 'ਤੇ ਵਿਵਾਦ ਹੋਣਾ ਲਾਜ਼ਮੀ ਹੈ। ਦਰਅਸਲ ਮੌਕਾ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ NRI ਮਿਲਣੀ ਦਾ ਸੀ। ਕੁਝ NRI ਵੀਰਾਂ ਨੇ ਜ਼ਮੀਨਾਂ 'ਤੇ ਕਬਜ਼ੇ ਦਾ ਮਾਮਲਾ ਚੁੱਕਿਆ ਤਾਂ ਮੰਤਰੀ ਜੀ ਸ਼ਾਇਦ ਬਾਹਲੇ ਜਜ਼ਬਾਤੀ ਹੋ ਗਏ। ਇਸ ਤੋਂ ਪਹਿਲਾਂ ਇੱਕ ਹੋਰ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਵੀ ਡੂੰਘੇ ਹੁੰਦੇ ਪਾਣੀ ਦੇ ਪੱਧਰ ਲਈ ਪੂਰੀ ਪੰਜਾਬੀ ਕੌਮ ਨੂੰ ਹੀ ਮੂਰਖ ਦੱਸ ਗਏ ਸਨ ਅਤੇ ਇਸ ਬਿਆਨ 'ਤੇ ਵੀ ਖਾਸਾ ਵਿਵਾਦ ਹੋਇਆ ਸੀ। ਅਸੀਂ ਜ਼ਿਮੀਦਾਰਾਂ ਨੂੰ ਇਸੇ ਬਿਨੇ ਧੱਕੀ ਕਹਿ ਕੇ ਕਣਕ ਕਰ ਲਓ, ਝੋਨਾ ਕਰ ਲਓ, ਉਹ ਝੋਨੇ ਵਰਗੀ ਸਾਡੇ ਵਰਗੀ ਮੈਂ ਕਹਿੰਦਾ ਪੰਜਾਬੀਆਂ ਵਰਗੀ ਬੇਵਕੂਫ ਕੌਮ ਕੋਈ ਨਹੀਂ ਗੀ। ਜਦੋਂ ਮੈਂ ਨਿੱਕਾ ਹੁੰਦਾ ਸੀ ਅਸੀਂ ਨਹਿਰ ਦਾ ਪਾਣੀ ਖੇਤਾਂ 'ਚ ਲਾਉਂਦੇ ਸੀ, ਹੁਣ ਸਾਡੇ ਨਹਿਰ ਆਉਂਦੀ ਨਹੀਂ ਗੀ, ਲੋਕਾਂ ਨੇ ਜ਼ਿਮੀਦਾਰਾਂ ਨੇ ਪਾਣੀ ਲਾਉਣਾ ਬੰਦ ਕਰਤਾ। ਔਰ ਮੈਂ ਜ਼ਿਮੀਦਾਰਾਂ ਨੂੰ ਵੀ ਕਹਿੰਦਾ ਕਿ ਤੁਸੀਂ ਅੱਜ ਕੱਲ੍ਹ ਆਰਾਮ ਪ੍ਰਸਤ ਹੋ ਗਏ ਹੋ। ਹਾਲਾਂਕਿ ਵਿਵਾਦ ਨੂੰ ਵੱਧਦਾ ਵੇਖ ਕੇ ਨਿੱਜਰ ਨੇ ਨਾ ਸਿਰਫ ਆਪਣਾ ਬਿਆਨ ਵਾਪਸ ਲਿਆ ਸੀ ਬਲਕਿ ਪੂਰੀ ਕੌਮ ਤੋਂ ਮਾਫ਼ੀ ਵੀ ਮੰਗ ਲਈ ਸੀ। ਤੇ ਹੁਣ ਲੱਗਦਾ ਇੰਜ ਹੈ ਕਿ ਹੁਣ ਵਾਰੀ ਕੁਲਦੀਪ ਧਾਲੀਵਾਲ ਦੀ ਹੈ।
ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਪੀਟੀਸੀ ਨਿਊਜ਼। ਤੇ ਕੁਲਦੀਪ ਧਾਲੀਵਾਲ ਦਾ ਬਿਆਨ ਵਿਵਾਦਿਤ ਹੈ ਤੇ ਇਸ ਤੇ ਵਿਵਾਦ ਹੋਣਾ ਜਿਹੜਾ ਹੈ ਸੁਭਾਵਿਕ ਹੀ ਹੈ ਤੇ ਵਿਰੋਧੀ ਜਿਹੜੇ ਨੇ ਇਸ ਬਿਆਨ ਦੀ ਨਿਖੇਧੀ ਕਰਦੇ ਹੋਏ ਨਜ਼ਰ ਆ ਰਹੇ ਨੇ। ਕੁਲਦੀਪ ਧਾਲੀਵਾਲ ਦੇ ਬਿਆਨ ਤੇ ਸਿਆਸਤ ਵੀ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੋਵਾਂ ਦੇ ਵੱਲੋਂ ਬਿਆਨ ਜਾਰੀ ਕਰਦੇ ਹੋਏ ਧਾਲੀਵਾਲ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਧਾਲੀਵਾਲ ਦੇ ਬਿਆਨ ਨੂੰ ਮੰਦਭਾਗਾ ਦੱਸਿਆ। ਉਹਨਾਂ ਨੇ ਇਹ ਕਿਹਾ ਕਿ ਚਲੋ ਠੀਕ ਹੈ, ਸੋਚ ਵਿੱਚ ਸੁਧਾਰ ਦੀ ਲੋੜ ਤਾਂ ਹੈ, ਪਰ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਸਮੁੱਚੀ ਪੰਜਾਬੀ ਕੌਮ ਨੂੰ ਇੱਕੋ ਨਜ਼ਰੀਏ ਨਾਲ ਵੇਖਣਾ ਗਲਤ ਹੈ, ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਪੂਰੀ ਕੌਮ ਨੂੰ। ਸਿੱਖ ਕੌਮ ਦਾ ਇਤਿਹਾਸ ਸ਼ਾਇਦ ਧਾਲੀਵਾਲ ਜਾਣਦੇ ਨਹੀਂ ਅਤੇ ਪੂਰੀ ਸਿੱਖ ਕੌਮ ਬਾਰੇ ਅਜਿਹਾ ਬਿਆਨ ਦੇ ਰਹੇ ਨੇ। ਉੱਧਰ ਭਾਜਪਾ ਆਗੂ ਰਾਜ ਕੁਮਾਰ ਵੇਰਕਾ ਨੇ ਵੀ ਧਾਲੀਵਾਲ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ। ਅੱਜ ਮਾਣਯੋਗ ਮੰਤਰੀ ਪੰਜਾਬ ਸਰਕਾਰ ਧਾਲੀਵਾਲ ਸਾਹਿਬ ਦਾ ਇਹ ਬਿਆਨ ਕਿ ਪੰਜਾਬੀਆਂ ਦਾ ਖੂਨ ਚਿੱਟਾ ਹੋ ਗਿਆ, ਮੈਂ ਸਮਝਦਾ ਕਿ ਪੰਜਾਬੀਆਂ ਨੂੰ ਮਤਲਬ ਬਹੁਤ ਹੀ ਹੀਣੇ ਅਤੇ ਨੀਵੇਂ ਬਣਾ ਕੇ ਦੇਖਣ ਵਾਲੀ ਗੱਲ ਆ ਔਰ ਪੰਜਾਬੀਆਂ ਲਈ ਇੱਕ ਵੰਗਾਰ ਵਾਲੀ ਗੱਲ ਆ, ਔਰ ਮੈਂ ਸਮਝਦਾ ਕਿ ਇਹਨਾਂ ਦੇ ਬਟੇਰਾ ਪੈਰ ਥੱਲੇ ਆ ਗਿਆ, ਇਹਨਾਂ ਦਾ ਦਾਅ ਲੱਗ ਗਿਆ। ਇਹ ਪੰਜਾਬੀਆਂ ਨੂੰ ਮਤਲਬ ਇੱਕ ਕਿਸਮ ਦਾ ਐਂ ਸਮਝਦੇ ਆ ਵੀ ਨਾ ਇਹਨਾਂ ਦਾ ਦਿਮਾਗ ਆ, ਨਾ ਇਹਨਾਂ ਦੇ ਕੋਈ ਸੋਚ ਆ, ਕਿਉਂਕਿ ਇਹਨਾਂ ਦੇ ਸੂਤ ਆ ਗਿਆ ਕੰਮ। ਨਾ ਤਾਂ ਸਿੱਖ ਕੌਮ ਦਾ ਇਤਿਹਾਸ ਨਹੀਂ ਜਾਣਦੇ, ਪਿਛੋਕੜ ਨਹੀਂ ਜਾਣਦੇ, ਨਾ ਸਿੱਖ ਕੌਮ ਦੀਆਂ ਮਹਾਨ ਕੁਰਬਾਨੀਆਂ ਨਹੀਂ ਜਾਣਦੇ। ਸਿੱਖਾਂ ਨੇ ਤਾਂ ਆਪਣੇ ਸਿਰ 'ਤੇ ਦੁੱਖ ਮੁਸੀਬਤਾਂ ਝੱਲ ਕੇ ਦੂਜਿਆਂ ਦੇ ਦੁੱਖ ਮਿਟਾਏ ਆ। ਮੰਤਰੀ ਸਾਹਿਬ ਨੂੰ ਆਪਣੇ ਬਿਆਨ ਵਾਪਸ ਲੈਣਾ ਚਾਹੀਦਾ ਜਾਂ ਸਪਸ਼ਟੀਕਰਨ ਦੇਣਾ ਚਾਹੀਦਾ। ਜੇ 92 ਸੀਟਾਂ ਨਾ ਦਈਆਂ ਹੁੰਦੀਆਂ, ਸ਼ਾਇਦ ਨਾ ਨਿੱਜਰ ਸਾਹਿਬ ਪੰਜਾਬੀਆਂ 'ਤੇ ਸਿੱਖ ਕੌਮ 'ਤੇ ਕਟਾਸ ਕੱਸਦੇ, ਨਾ ਅੱਜ ਧਾਲੀਵਾਲ ਸਾਹਿਬ ਇਸ ਤਰ੍ਹਾਂ ਦੀ ਸ਼ਬਦਾਵਲੀ ਪੰਜਾਬੀ ਅਤੇ ਸਿੱਖ ਕੌਮ ਬਾਰੇ ਬੋਲਦੇ। ਅਤੇ ਮੈਂ ਸਮਝਦਾ ਇਹਨਾਂ ਨੂੰ ਸੁਧਾਰਨ ਲਈ ਅਤੇ ਇਹਨਾਂ ਨੂੰ ਸਿੱਧੇ ਰਾਹ 'ਤੇ ਲਿਆਉਣ ਲਈ, ਇਹਨਾਂ ਨੂੰ ਪੰਜਾਬੀਅਤ ਦਾ ਭਾਵਨਾ ਜਾਏ ਕਹਿ ਲਓ, ਪੰਜਾਬੀ ਹੁੰਦੇ ਕੀ ਨੇ ਪੰਜਾਬ, ਉਹ ਦੱਸਣ ਲਈ ਅੱਜ ਪੰਜਾਬੀਆਂ ਨੂੰ ਜਾਗਣਾ ਪਏਗਾ, ਜਗਾਉਣਾ ਪਏਗਾ। ਇਸੇ ਕਰਕੇ ਮੈਂ ਕਿਹਾ ਜਾਗੋ ਪੰਜਾਬ ਮੁਹਿੰਮ ਸ਼ੁਰੂ ਕਰਨੀ ਪਏਗੀ। ਸੋ ਮੈਂ ਸਮਝਦਾ ਜਾਂ ਤਾਂ ਮਾਨ ਸਾਹਿਬ ਅਤੇ ਪੰਜਾਬੀਪਣਾ ਹੀ ਖਤਮ ਹੋ ਗਿਆ, ਇਸੇ ਕਰਕੇ ਪੰਜਾਬੀਆਂ 'ਤੇ ਉਹ ਕਟਾਸ ਉਹਨਾਂ ਦੇ ਮੰਤਰੀ ਖਿੱਚ ਰਹੇ ਨੇ। ਪਹਿਲੇ ਆ ਨਿੱਜਰ ਸਾਹਿਬ ਮੰਤਰੀ ਸਾਹਿਬ ਨੇ ਮਾਫ਼ੀ ਮੰਗ ਲਈ ਸੀ, ਹੁਣ ਮੈਨੂੰ ਲੱਗਦਾ ਹੈ ਕਿ ਧਾਲੀਵਾਲ ਸਾਹਿਬ ਵੀ ਹੁਣ ਸਫਾਈਆਂ ਦੇਣ ਤੁਰ ਪੈਣਗੇ। ਬਈ ਪਹਿਲੇ ਪੰਜਾਬੀਆਂ ਨੂੰ ਤੁਸੀਂ ਗਾਲਾਂ ਕੱਢਦੇ ਕਿਉਂ ਭਾਈ? ਪੰਜਾਬੀਆਂ ਨੂੰ ਮੰਦਾ ਕਿਉਂ ਬੋਲਦੇ ਹੋ ਤੁਸੀਂ? ਕਦੀ ਉਹਨਾਂ ਨੂੰ ਮੂਰਖ ਕਹਿੰਦੇ ਹੋ, ਕਦੀ ਬੇਵਕੂਫ ਕਹਿੰਦੇ ਹੋ। ਬਈ ਉਹ ਫਿਰ ਮੂਰਖ ਹੈ ਜਿਨ੍ਹਾਂ ਨੇ ਤੁਹਾਨੂੰ ਚੁਣ ਕੇ ਭੇਜ ਲਿਆ ਨਾ? ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਇਹਨਾਂ ਗੱਲਾਂ ਨੂੰ ਕਰ ਰਹੀ ਹੈ, ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਬੁਖਲਾ ਗਈ ਹੈ। ਚਲੋ, ਬਿਆਨਾਂ ਦੀ ਗੱਲ ਇੱਕ ਪਾਸੇ, ਪਰ ਇੱਕ ਵੱਡੀ ਚੁਣੌਤੀ ਜਿਹੜੀ ਹੈ ਨਸ਼ਿਆਂ ਦੀ, ਜਿਹੜੀ ਮੂੰਹ ਅੱਡੀ ਖੜੀ ਹੈ। ਹਰ ਰੋਜ਼ ਕਿਤੋਂ ਨਾ ਕਿਤੋਂ ਕਿਸੇ ਨੌਜਵਾਨ ਦੀ ਨਸ਼ਿਆਂ ਕਰਕੇ ਮੌਤ ਦੀ ਖਬਰ ਆ ਰਹੀ ਹੈ। ਅੱਜ ਇਹ ਮੰਦਭਾਗੀ ਖਬਰ ਆਈ ਹੈ ਲੁਧਿਆਣਾ ਤੋਂ। ਇੱਥੇ ਇੱਕ ਹੋਰ ਨੌਜਵਾਨ ਨਸ਼ਿਆਂ ਦੀ ਭੇਟ ਚੜ ਗਿਆ। 22 ਸਾਲ ਦਾ ਨੌਜਵਾਨ ਸੀ ਜਿਸਦਾ ਨਾਮ ਸਿਮਰਨ ਸੀ। 22 ਸਾਲਾ ਸਿਮਰਨ ਦੀ ਚਿੱਟੇ ਦੀ ਓਵਰਡੋਜ਼ ਕਰਕੇ ਮੌਤ ਹੋ ਗਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੇਰ ਰਾਤ ਦੋਸਤਾਂ ਨੂੰ ਮਿਲਣ ਦੇ ਲਈ ਦੁਗਰੀ ਇਲਾਕੇ ਦਾ ਵਸਨੀਕ ਸਿਮਰਨ ਗਿਆ ਸੀ ਅਤੇ ਜਦੋਂ ਵਾਪਸ ਆਇਆ ਤਾਂ ਲੜਖੜਾਉਂਦਾ ਹੋਇਆ ਨਜ਼ਰ ਆ ਰਿਹਾ ਸੀ। CCTV ਫੁਟੇਜ ਜਿਹੜੀ ਤੁਸੀਂ ਦੇਖੀ, ਲੜਖੜਾਉਂਦਾ ਨਜ਼ਰ ਆ ਰਿਹਾ ਸੀ। ਇਲਾਕੇ ਦੇ ਲੋਕਾਂ ਨੇ ਇਲਜ਼ਾਮ ਲਾਇਆ ਕਿ ਇੱਥੇ ਸ਼ਰੇਆਮ ਚਿੱਟਾ ਵਿਕਦਾ ਅਤੇ ਮਾਂ ਦਾ ਕੀ ਹਾਲ ਹੈ। ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬੇਹੱਦ ਮੁਸ਼ਕਲ ਹੈ। ਪੂਰੀ ਰਿਪੋਰਟ ਦੇਖੋ ਕੀ ਕੁਝ ਹੋਇਆ ਸੀ। ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌਤ। ਮਾਪੇ ਮੰਗ ਰਹੇ ਇਨਸਾਫ, ਪੁੱਤ ਦੀ ਲਾਸ਼ ਤੇ ਕੀਰਨੇ ਪਾ ਰਹੇ ਇਸ ਮਾਂ ਦੀਆਂ ਆਂਦਰਾਂ ਬਦ ਦੁਆਵਾਂ ਦੇ ਰਹੀਆਂ ਨੇ ਉਹਨਾਂ ਨਸ਼ੇ ਦੇ ਸੌਦਾਗਰਾਂ ਨੂੰ ਜਿਨ੍ਹਾਂ ਕਾਰਨ ਇਸ ਦੇ ਪੁੱਤ ਦੀ ਮੌਤ ਹੋਈ ਹੈ। ਇਲਾਕੇ ਵਿੱਚ ਸ਼ਰੇਆਮ ਵਿਕਦੇ ਨਸ਼ੇ ਦੇ ਕਾਰਨ ਲੁਧਿਆਣਾ ਦੇ ਦੁਗਰੀ ਵਿੱਚ ਇਸ ਘਰ ਵਿੱਚ ਅੱਜ ਮਾਤਮ ਛਾਇਆ ਹੋਇਆ। ਇਸ ਪਰਿਵਾਰ ਦੇ 22 ਵਰ੍ਹਿਆਂ ਦੇ ਜਵਾਨ ਪੁੱਤ ਸਿਮਰਨ ਨੂੰ ਨਸ਼ਾ ਨਿਕਲ ਗਿਆ। ਸਿਮਰਨ ਬੀਤੀ ਰਾਤ ਘਰਦਿਆਂ ਨੂੰ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਆਪਣੇ ਕੁਝ ਦੋਸਤਾਂ ਨੂੰ ਮਿਲਣ ਚੱਲਿਆ ਤੇ ਛੇਤੀ ਘਰ ਪਰਤੇਗਾ, ਪਰ ਪਰਤੀ ਤਾਂ ਪੁੱਤ ਦੀ ਲਾਸ਼। ਮਾਂ ਨੂੰ ਸਮਝ ਨਹੀਂ ਆ ਰਿਹਾ ਕਿ ਜਿਹੜਾ ਪੁੱਤ ਕੁਝ ਪਲ ਪਹਿਲਾਂ ਹੱਸਦਾ ਖੇਡਦਾ ਘਰੋਂ ਨਿਕਲਿਆ ਸੀ ਉਹ ਹੁਣ ਬੇਸੁੱਧ ਕਿਵੇਂ ਪਿਆ। ਇਲਾਕੇ ਦੇ ਇੱਕ CCTV ਦੀ ਫੁਟੇਜ ਵਿੱਚ ਸਾਹਮਣੇ ਆਇਆ ਕਿ ਸਿਮਰਨ ਆਪਣੇ ਦੋਸਤਾਂ ਦੇ ਨਾਲ ਆਟੋ ਕੋਲ ਖੜਾ ਹੈ ਤੇ ਉਸ ਕੋਲੋਂ ਖੜਾ ਵੀ ਨਹੀਂ ਹੋਇਆ ਜਾ ਰਿਹਾ। ਇੱਕ ਦੋਸਤ ਆਟੋ 'ਚ ਉਤਰ ਕੇ ਅਚਾਨਕ ਭੱਜ ਜਾਂਦਾ ਹੈ ਤੇ ਸਿਮਰਨ ਫੁਟੇਜ ਵਿੱਚ ਲੜਖੜਾਉਂਦਾ ਹੋਇਆ
साफ उस दे पिछे चलदा नजर आ रहा है। हालांकि परिवार का कहना है कि सिमरन नशे भी करता सी, इस बारे उन्होंने बिल्कुल भनक नहीं सी। हालांकि वीडियो विच वेख के लग रहा है कि उसने बहुत ज्यादा नशा किया होया सी, जिस दी वजह नाल उसकी मौत हुई है। मेरा बेटा गुरु सिमरनजीत सिंह 22 साल का सीगा, बाकी अपना यूथ साढ़े नाल हैगा वा, बाकी ओवरडोज करके उदा डेथ हुई है। तो आप मीडिया राही अपील करते हैं कि साढ़े नाल इंसाफ होवे। महल्लों के नशे वेच रहे ने जिहड़े लोग वेच रहे ने, उन्होंने बच्चे तो अजे मरते नहीं पे, मरते उन्होंने पे ने जिहड़े कबीलदार 100-200 कमा के अपनी रोटी चला रहे हैं। इस करके आप मान साहब नूं भी यह बेनती करते हैं कि जे किसी तरीके हो सके तो इस दंगा पीड़ित कलोनी नशे तो बचाया जाए, बाकी आप हाथ जोड़ के बेनती ही कर सकते हैं। उधर लोगों का कहना है कि उन्होंने इलाके में नशा शरेआम बिकता है, पुलिस कुछ नहीं करती। लोगों को इस गल का भी रंज है कि आम आदमी पार्टी भी पंजाब में नशा खत्म करने के वादे नाल सत्ता में आई, पर नशा खत्म नहीं होया सगो अगे नालों भी वध्या। लोग तो इतों तक भी कहते हैं कि नशा पुलिस की शह नाल ही बिकता है, सरकार को इलाके की पुलिस की जिम्मेवारी तय करनी चाहिए। सवाल पूछा जाना चाहिए कि उन्होंने इलाके में किवें नशा विक रहा। नशा चिट्टा दे ओवरडोज नाल डेथ हुई है, जवान मुंडे दी 22 साल दा मुंडा, साडे हत्था जी खेड्या होया ते देखिया नशा भी बिल्कुल ही नहीं, नशे वाल ते बिल्कुल ही नहीं सीगा। जो मैनूं पता लग्या भी कोई होर मुंडे नवें मुंडे जो जिहड़े नशेड़ी हैगे आ जिहनूं नशे करदे आदि है, वह कित इन्हां ओवरडोज नशा लवा गए आ ते डेथ हो गई उहदी। इह बहुत मंदभागी गल है, ये सरकार नू देखना चाहिए था, भी प्रशासन नू देखना चाहिए था, भी पुलिस डिपार्टमेंट नू देखना चाहिए था, भी दावे बड़े बड़े कर रहे हैं बट ग्राउंड से कुछ नहीं दिख रहा। ये सरकार नू तय करना चाहिए था, भी नशे नाल किते भी मौत होंदी है तो उस एरिए दा प्रभारी जिहड़ा थाना प्रभारी उत्ते गाज डिगनी जरूरी है। जब तक ये नहीं होगा नशे दे तुसीं नथ नहीं पा सकते, ये पक्की गल है। नशे दा नाग लगातार पंजाब दी जवानी नू डंग रहा है अते शायद ही कोई दिन अजिहा लग्या होवे जदों ओवरडोज नाल किसे मां दा पुत ना मरदा होवे। पर लगता है कि नशे दे मुद्दे ते सरकारां तां बणदियां ने, पर सत्ता हासिल करन तों बाद सरकारां भी अपने वादे कीते भुल जांदियां ने ते मावां अपने पुत्तरां दीआं लाशां ते वैण पाउण नूं मजबूर ही रहिंदियां ने। नवीन शर्मा, PTC न्यूज़, लुधियाणा। तो पंजाब की कानून व्यवस्था का की हाल है, तस्वीर अपने आप दे विच दसन लई काफ़ी ने। 2022 मुक्कण ते है ते हुण 2022 नूं लैके भी बयान आ रहे ने कि पंजाब दे लिए 2022 कोई बहुता चंगा नज़र नहीं आया, जिस तरह यह लंघिया जिस दे विच कदे कतल हो रहे ने, कदे अजिहियां मौतां दी खबरां आ रही ने। तो खराब कानून व्यवस्था ते श्रोमणी अकाली दल दे प्रधान सुखबीर सिंह बादल ने मुख मंत्री भगवंत मान नूं घेरिया। उन्होंने अपने बयान दे विच कहा कि 2022 पंजाब दे लई हुण तक दा सब तो माड़ा साल रहा, पूरा साल किडनैपिंग अते कतल दियां खबरां लगातार आउंदियां रहियां ने, कोई दिन अजिहा नहीं गया जिस दिन कोई अजिही खबर ना आई होवे। ते उन्होंने कहा कि परमात्मा अगे पंजाबियों लई असीं अगला साल चंगा चढ़न की अरदास करदे हां, परमात्मा मुख्यमंत्री नूं अपना फर्ज निभाउण दी समत बख्शे, ये कहना है सुखबीर सिंह बादल दा। फिरौती लई कतल किए गए हरमन नां दे नौजवान दे परिवार दे नाल दुख सांझा करन दे लई सुखबीर सिंह बादल उन्हां दे घर पहुँचे सन। श्री मुक्तसर साहिब दे पिंड कोटपाई दे हरमन दा फिरौती लई कतल किया गया सी, उन्हां दे घर सुखबीर सिंह बादल जदों गए तां उन्हां ने कहा कि 2022 बेहद माड़ा रहा है, फिरौती लई कतल ते होर अजिहियां खबरां लगातार आउंदियां रहियां ने, तां 2022 जिहड़ा है इस तरह दा गया, अगला साल ना जावे, पंजाबियों लई अगला साल चंगा जावे, ये अरदास असीं करदे हां। तो यह तस्वीर उस वेले की है जदों ये नौजवान की लाश मिली सी जिसका फरौती लिए कतल किया गया से, तो उस परिवार के नाल मुलाकात करन दे लई सुखबीर सिंह बादल जदों पहुँचे तो उन्होंने ये गल कही कि 2022 तो बेहद माड़ा निकलिया, लगातार अजिहियां खबरां आउंदियां रहियां, पर 2023 चंगा चढ़े, अगला साल पंजाबियों लई चंगा होवे, यही अरदास करदे आ। अज मैं कोटभाई पिंड च जिथे 30 साल के बच्चे इतों किडनैप किया गया सी।
15 दिन के बाद बॉडी मिली है। यह जी हालात अज पूरे पंजाब की बन गई है। जिथे भी जाओ आई खबर आ रही है, किसी को किडनैप किया गया, किसी को पैसे ले जाते हैं, किसी को मार दिता गया। मैं लगता यह जी आज का साल 2022 टपया है। ऐसा माड़ा हाल मैं अजकल जिंदगी नहीं पंजाब देखा जिन्ना है। मैं तो परमात्मा के चरणों में अरदास बेनती करता कि अगला साल चंगा चढ़े, घट तो घट मान साहब को कुछ मत बख्शन कि घट तो घट उन्होंने जिनी पंजाब की जनता ने जिन्नी वड्डियां वोटां नाल जिताया है, घट तो घट अपना फर्ज तो निभाउण। लॉ एंड ऑर्डर सब तो इंपोर्टेंट चीज़ होंदी है किसी भी सूबे की। जिहड़े सूबे में लॉ एंड ऑर्डर ना होए ना उत्थे रहना मुश्किल हो जाता है। अज लोग पंजाब के डर रहे हैं, उन्होंने पता नहीं कि रात में जो निकलेंगे बाहर या शाम निकलेंगे बाहर होगा कि आई जी स्थिति जो चलती रही तो बहुत बड़ा नुकसान पंजाब को होगा।